ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਰਕਾਰੀ ਪ੍ਰਾਇਮਰੀ ਸਕੂਲ ਪਾਸਲਾ ਵਿੱਚ NRI ਵੈਲਫੇਅਰ ਐਂਡ ਐਜੂਕੇਸ਼ਨ ਕਮੇਟੀ ਪਾਸਲਾ UK ਵੱਲੋਂ ਰੀਨੋਟ ਐਂਡ ਮੋਡੀਫਾਈ ਕੀਤੇ ਮਿਡ ਡੇ ਮੀਲ ਕਿਚਨ ਰੂਮ ਅਤੇ ਡਿਸੇਬਲ ਬੱਚਿਆਂ ਦੇ IED ਕਲਾਸਰੂਮ ਦਾ ਉਦਘਾਟਨ ਸਰਪੰਚ ਸਰਦਾਰ ਰਣਜੀਤ ਸਿੰਘ ਜੋਲ ਅਤੇ SMC ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਕੀਤਾ ਗਿਆ। ਇਸ ਸਾਰੇ ਕਾਰਜ ਨੂੰ ਪੂਰਾ ਕਰਨ ਵਿੱਚ ਸਰਦਾਰ ਬਲਵੀਰ ਸਿੰਘ ਉੱਬੀ, ਸਰਦਾਰ ਸਤਨਾਮ ਸਿੰਘ ਉੱਬੀ, ਸਰਦਾਰ ਸ਼ਿਗਾਰਾ ਸਿੰਘ ਬਸਰਾ ਅਤੇ ਸਮੂਹ NRI ਵੈਲਫੇਅਰ ਐਂਡ ਐਜੂਕੇਸ਼ਨ ਕਮੇਟੀ UK ਪਾਸਲਾ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਉਹਨਾਂ ਵੱਲੋਂ ਕਿਚਨ ਵਿੱਚ ਫਰਸ਼ ਅਤੇ ਦੀਵਾਰਾਂ 'ਤੇ ਟਾਈਲਾਂ ਲਗਵਾਈਆਂ ਗਈਆਂ। ਡਿਸੇਬਲ ਬੱਚਿਆਂ ਦੇ IED ਰੂਮ ਦੇ ਫਰਸ਼ ਵਿੱਚ ਟਾਈਲਾਂ ਲਗਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਜਸਕਰਨਜੀਤ ਸਿੰਘ ਸੱਗੂ ਵੱਲੋਂ ਸਕੂਲ ਵਿੱਚ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਕੂਲ ਨੂੰ ਹੋਰ ਵਧੇਰੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਰਪੰਚ ਰਣਜੀਤ ਸਿੰਘ ਜੋਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਦਾਰ ਰਣਜੀਤ ਸਿੰਘ ਜੋਲ, ਸਰਪੰਚ ਪਾਸਲਾ ਨਰਮਿੰਦਰਜੀਤ ਕੌਰ, ਸਰਪੰਚ ਖੋਜਪੁਰ ਜਸਵਿੰਦਰ ਕੌਰ, ਸਰਪੰਚ ਜੈਤੋਵਾਲ ਸੁਰਜੀਤ ਲਾਲ, ਸਰਪੰਚ ਦੰਦੂਵਾਲ, ਸਰਦਾਰ ਸੁਖਵਿੰਦਰ ਸਿੰਘ, ਸਕੂਲ ਕਮੇਟੀ ਚੇਅਰਮੈਨ ਸਰਦਾਰ ਲਛਮਣ ਦਾਸ, ਕੈਪਟਨ ਡਾਕਟਰ ਚਮਕੌਰ ਸਿੰਘ, ਜੀਵਨ ਦਾਸ, ਸਾਬਕਾ ਸਰਪੰਚ ਰਘਵੀਰ ਸਿੰਘ ਸੰਘਾ, ਸਰਦਾਰ ਗੁਦਾਵਰ ਸਿੰਘ, ਛੋਕਰ ਅਵਤਾਰ ਸਿੰਘ, ਲੀਡਰ ਕਸ਼ਮੀਰ ਸਿੰਘ ਰਾਣਾ, ਦੇਹਲ ਜਗਜੀਵਨ ਸਿੰਘ, ਗਿਰਦਾਰੀ ਲਾਲ ਮੈਂਬਰ ਪੰਚਾਇਤ ਸਮਿਤੀ, ਸੇਵਾ ਸਿੰਘ, ਜੋਗਾ ਸਿੰਘ, ਰਾਮਕ੍ਰਿਸ਼ਨ, ਜਤਿੰਦਰ ਸਿੰਘ, ਜਸਵੰਤ ਸਿੰਘ ਪੰਚ, ਬਲਹਾਰ ਸਿੰਘ, ਨਿਰਮਲ ਚੰਦ, ਸ਼੍ਰੀਮਤੀ ਦਲਵੀਰ ਕੌਰ, ਸ਼੍ਰੀਮਤੀ ਬਿੰਦਰ, ਸ਼੍ਰੀਮਤੀ ਕਮਲਾ, ਰਜਿੰਦਰ ਸਿੰਘ, ਪ੍ਰੇਮ ਸਿੰਘ, ਸਕੂਲ ਅਧਿਆਪਕ ਕੁਲਵਿੰਦਰ ਸਿੰਘ, ਮੱਖਣ ਰਾਮ, ਅਮਨਦੀਪ, ਬਲਜੀਤ ਕੌਰ, ਪ੍ਰੇਮ ਚੰਦ, ਰਜਿੰਦਰ ਕੌਰ, ਰਾਜਵਿੰਦਰ ਕੌਰ ਆਦਿ ਸਨ। ਸਰਪੰਚ ਰਣਜੀਤ ਸਿੰਘ, ਸਮੂਹ ਮੇਰੇ ਨਾਲ ਪੰਚ ਵੱਖ ਵੱਖ ਪਿੰਡਾਂ ਤੋਂ ਆਏ ਸਰਪੰਚ ਪੰਚਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ 'ਤੇ। NRI ਭਰਾਵਾਂ ਦਾ ਵੱਧ ਤੋਂ ਵੱਧ ਧੰਨਵਾਦ ਹੈ ਜੀ। ਉੱਬੀ ਪਰਿਵਾਰ, ਬਸਰਾ ਪਰਿਵਾਰ,
ਹੋਰ ਜਿੰਨੇ ਵੀ ਸਾਡੇ ਇੱਥੇ ਸਮਾਰਟ ਸਕੂਲ ਬਣਾਉਣ ਨੂੰ ਸਹਿਯੋਗ ਦੇ ਰਹੇ ਆ, ਡੋਨੇਸ਼ਨ ਦੇ ਰਹੇ ਆ NRI, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅੱਗੇ ਤੋਂ ਵੀ ਵੱਧ ਤੋਂ ਵੱਧ ਨਗਰ ਪਾਸਲਾ, ਦੰਦੂਵਾਲ, ਕੋਚਪੁਰ, ਜੈਤੋਵਾਲ ਦੀ ਸੇਵਾ ਕਰੋ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਪਾਸਲਾ ਵਿਖੇ NRI ਕਮੇਟੀ ਵੱਲੋਂ ਜੋ ਸਾਡੀ ਮਿਡ ਡੇ ਮੀਲ ਦੀ ਕਿਚਨ ਸ਼ੈੱਡ ਅਤੇ ਆਈਡੀ ਰੂਮ ਨੂੰ ਰੈਨੋਵੇਟ ਅਤੇ ਮੋਡੀਫਾਈ ਕੀਤਾ ਗਿਆ ਆ, ਅੱਜ ਸਰਪੰਚ ਸਾਹਿਬ ਵੱਲੋਂ ਅਤੇ ਪਿੰਡ ਦੇ ਹੋਰ ਪਤਵੰਤ ਸੱਜਣਾਂ ਵੱਲੋਂ ਉਸ ਦਾ ਉਦਘਾਟਨ ਕੀਤਾ ਗਿਆ। ਅਸੀਂ ਸਾਰਿਆਂ ਦੇ ਇੱਥੇ ਆਇਆਂ ਅਤੇ ਜੀ ਆਇਆਂ ਕਹਿੰਦੇ ਹਾਂ। NRI ਕਮੇਟੀ ਪਾਸਲਾ ਵਿਸ਼ੇਸ਼ ਤੌਰ 'ਤੇ ਸਰਦਾਰ ਬਲਵੀਰ ਸਿੰਘ ਉੱਬੀ, ਸਤਨਾਮ ਸਿੰਘ ਉੱਬੀ, ਸਰਦਾਰ ਸ਼ਿੰਗਾਰਾ ਸਿੰਘ ਬਸਰਾ ਜੀ ਅਤੇ ਹੋਰ ਜਿੰਨੇ ਵੀ NRI ਵੈਲਫੇਅਰ ਐਂਡ ਐਜੂਕੇਸ਼ਨ ਕਮੇਟੀ ਦੇ ਮੈਂਬਰਸ ਹੈਗੇ ਆ, ਅਸੀਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਮਿਡ ਡੇ ਮੀਲ ਦੀ ਕਿਚਨ ਸ਼ੈੱਡ ਦੇ ਵਿੱਚ ਫਲੋਰ ਅਤੇ ਵਾਲ ਦੇ ਵਿੱਚ ਟਾਈਲਾਂ ਲਗਵਾਈਆਂ ਅਤੇ ਡਿਸੇਬਲ ਬੱਚਿਆਂ ਦਾ ਰੂਮ ਹੈ ਉਸ ਦੇ ਵਿੱਚ ਵੀ ਫਲੋਰ ਦੇ ਵਿੱਚ ਟਾਈਲਾਂ ਲਗਵਾਈਆਂ ਆ, ਅਤੇ ਅੱਗੇ ਤੋਂ ਵੀ ਉਹਨਾਂ ਨੇ ਹੋਰ ਜਿਹੜਾ ਕੰਮ ਕਰਵਾਉਣ ਦਾ ਸਾਡੇ ਨਾਲ ਵਾਅਦਾ ਕੀਤਾ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ। ਮੈਂ ਮੁੱਖ ਅਧਿਆਪਕ ਜਸਕਰਨਜੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਪਾਸਲਾ, ਇਹਨਾਂ ਸਾਰੇ ਹੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ।